ਮਾਈਕਰੋਸਕੋਪ ਥੱਲੇ ਕਿਤੇ ਦਹੀਂ ਦਾ ਨਿੱਕਾ ਜਿਹਾ ਹਿੱਸਾ ਵੀ ਦੇਖ ਲਓ ਨਾ ਜਿਵੇਂ ਮੈਂ 6 ਮਹੀਨੇ ਦਹੀਂ ਨੂੰ ਹੱਥ ਨਹੀਂ ਸੀ ਲਾਇਆ ਤੁਸੀਂ ਵੀ ਨਹੀਂ ਜੇ ਲਾਣ ਲੱਗੇ ਕਿਉਂਕਿ ਉਸ ਚ ਗੁਰਬੁਲ ਗੁਰਬੁਲ ਕਰਦੇ ਇੰਨੇ ਕੀੜੇ ਹੋਣਗੇ ਕਿ ਉਹ ਚ ਪਾਇਆ ਨਹੀਂ ਜਾ ਸਕਦਾ ਸਤਮਾਏ ਬੱਚੇ ਦੇ ਅੰਦਰ ਅੰਤੜੀਆਂ ਵਿੱਚ ਵੀ ਪਾ ਦਿੰਨਿਆ ਯਾਨੀ ਦਹੀਂ ਨਹੀਂ ਪਾਉਂਦੇ ਉਹੀ ਕਿਟਾਣੂ ਜੋ ਦਹੀਂ ਬਣਾਉਂਦੇ ਨੇ ਤਾਂ ਉਹਨਾਂ ਨੂੰ ਅਸੀਂ ਬਚਦੇ ਦੇਖਿਆ ਤੁਸੀਂ ਹੈਰਾਨ ਹੋ ਜਾਓਗੇ ਮਰਦਾਨਾ ਕਮਜ਼ੋਰੀ ਤੱਕ ਲਈ ਇੰਨੀਆਂ ਕਮਾਲ ਦੀਆਂ ਖੋਜਾਂ ਆਈਆਂ ਨੇ ਟੂ ਦਿਸ ਐਕਸਟੈਂਡ ਕਿ ਜੇ ਅਸੀਂ ਗਰਭਵਤੀ ਔਰਤ ਨੂੰ ਦਹੀਂ ਰੈਗੂਲਰ ਤਿੰਨ ਵਾਰ ਗੋਲੀਆਂ ਖਵਾਉਂਦੇ ਰਹੀਏ ਨਾ ਤਾਂ ਉਹਦੇ ਬੱਚਾ ਜਿਹੜਾ ਜੰਮਣਾ ਹੈ ਯਾਨੀ ਜੋ ਪੇਟ 'ਚ ਸੀ ਉਹ ਚਮੜੀ ਦਾ ਐਟੋਪਿਕ ਡਰਮੈਟਾਈਟਸ ਰੋਗ ਇੱਕ ਹੁੰਦਾ ਜੇ ਉਹ ਹੁੰਦਾ ਨਹੀਂ ਇੱਕ ਸਵਾਲ ਹੈ ਇਹਦੇ ਨਾਲ ਜੁੜਿਆ ਹੋਇਆ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਜ਼ਿਆਦਾ ਇਤਫਾਕ ਰੱਖਦੇ ਨੇ ਜਾਂ ਤਵੱਕੋ ਕਰਦੇ ਨੇ ਉਹ ਇਹ ਹੈ ਕਿ ਉਹ ਕਹਿੰਦੇ ਕਿ ਮਟਕੇ ਦੇ ਵਿੱਚ ਜਮਾਈ ਹੋਈ ਦਹੀਂ ਉਹਦੀ ਵਰਤੋਂ ਕਰੋ ਉਹ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਉਹ ਜ਼ਰੂਰੀ ਖਾਣੀ ਚਾਹੀਦੀ ਹੈ ਜਾਂ ਨਹੀਂ ਪ੍ਰੂਵ ਹੋ ਗਿਆ ਕਿ ਤਾਜ਼ੀ ਜੰਮੀ ਦਹੀਂ ਨੂੰ ਟੈਸਟ ਟਿਊਬ ਵਿੱਚ ਜਦੋਂ ਪਾਇਆ ਗਿਆ ਸਪਰਮ ਕਾਊਂਟ ਦੀ ਇਸ ਪਰਮ ਦੀ ਜਿਹੜੀ ਐਕਟੀਵਿਟੀ ਦੇ ਵਿੱਚ ਉਹ ਫਰਕ ਦਿਸਿਆ ਜਿਨ੍ਹਾਂ ਨੂੰ ਰੈਗੂਲਰ 6 ਮਹੀਨੇ ਦੋ ਵਾਰ 250 ਗ੍ਰਾਮ ਦਹੀਂ ਖਾਣ ਨੂੰ ਰੈਗੂਲਰ ਦਿੱਤਾ ਗਿਆ ਤੇ ਮੈਂ ਆਪ ਆਪਣੇ ਅੱਖੀਂ ਦੇਖ ਕੇ ਆਈ ਆ ਸਵਿਟਜ਼ਰਲੈਂਡ ਚ ਦੁਕਾਨ ਚ ਗਏ ਅਸੀਂ ਮੈਨੂੰ ਤਾਂ ਉਹ ਪਾਸ਼ਾ ਨਹੀਂ ਸੀ ਆਂਦੀ ਜੋ ਲਿਖੀ ਤਾਂ ਉੱਥੇ ਜਿਹੜੀ ਸੇਲਸ ਗਰਲ ਸੀ ਉਹਨੂੰ ਪੁੱਛਿਆ ਵੀ ਆਹ ਕੀ ਲਿਖਿਆ ਕਿਹੜਾ ਸਭ ਤੋਂ ਮਹਿੰਗਾ ਸ਼ੈਂਪੂ ਲਿਖਿਆ ਹੋਇਆ ਕੀਮਤ ਉਹਦੀ 350 ਪੌਂਡ ਸੀ ਮੇਰੇ ਵਰਗਾ ਤਾਂ ਹੱਥ ਲਾਂਦਾ ਵੀ ਡਰਦਾ ਸੀ ਇੰਨੀ ਮਹਿੰਗੀ ਇਕੀ ਜੇ ਫਫਾ ਉਹਨੇ ਮੈਨੂੰ ਕੀ ਪੜ ਕੇ ਦੱਸਿਆ ਵੀ ਇਹ ਦਹੀਂ ਹੈ। ਭਾਵੇਂ ਵਾਲ ਛੜਦੇ ਹੋਣ ਜਾਂ ਇਹ ਛੇਤੀ ਨਾ ਗੁੰਝਲਾਂ ਪੈ ਜਾਂਦੀਆਂ ਹੋਣ ਜਾਂ ਲਿਸ਼ਕ ਚਲੀ ਗਈ ਹੋਏ ਤਾਂ ਉਹ ਸਾਰੇ ਲਈ ਨਰੋਈ ਚਮੜੀ ਵਾਸਤੇ ਠੀਕ ਠਾਕ ਕਰਨ ਲਈ ਇਹ ਸਭ ਤੋਂ ਮਹਿੰਗਾ ਜੇ। ਤਾਜ਼ੀ ਜੰਮੀ ਬਿਲਕੁਲ ਵਿੱਚ ਮਿੱਠਾ ਜਾਂ ਨਮਕ ਨਹੀਂ ਪਾਉਣਾ ਫ੍ਰਿਜ 'ਚ ਜਾਣਾ ਨਹੀਂ ਤਿੰਨ ਦਿਨ ਤੋਂ ਬਾਅਦ ਦੀ ਪੁਰਾਣੀ ਖਾਣੀ ਨਹੀਂ ਸੁੱਤ ਸੀ ਸਮਝ ਲਓ ਜੇ ਅਸਰ ਹੋਣਾ ਜੇ ਤਾਂ ਤਾਜ਼ੀ ਦਹੀਂ ਦਾ ਪ੍ਰਾਈਮਸ਼ੀਅਰ ਟੀਵੀ ਦੇ ਬੇਹੱਦ ਖਾਸ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਘਰੇਲੂ ਚੀਜ਼ਾਂ ਦੇ ਉੱਤੇ ਵੱਧ ਜ਼ੋਰ ਦਈਏ ਤੇ ਜਿਹੜੀਆਂ ਆਮ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਚੀਜ਼ਾਂ ਨੇ ਉਨ੍ਹਾਂ ਦੀ ਵਰਤੋਂ ਦੇ ਫਾਇਦੇ ਨੁਕਸਾਨ ਉਹਨੂੰ ਕਿੰਨਾ ਖਾਣਾ ਚਾਹੀਦਾ ਕਿੰਨਾ ਨਹੀਂ ਖਾਣਾ ਚਾਹੀਦਾ ਜਾਂ ਕੀ ਪੀਣਾ ਚਾਹੀਦਾ ਜਾਂ ਕੀ ਨਹੀਂ ਪੀਣਾ ਚਾਹੀਦਾ ਇਸ ਬਾਰੇ ਸਾਡਾ ਇਹ ਪ੍ਰੋਗਰਾਮ ਹੁੰਦਾ ਇਸ ਨੂੰ ਤੁਸੀਂ ਪਿਆਰ ਦਿੰਨੇ ਹੋ ਮਾਣਾ ਮੋਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਖਾਸ ਗੱਲਬਾਤ ਕਰਨੀ ਹੈ ਉਹ ਦਹੀਂ ਦੇ ਉੱਤੇ ਹੈ ਤੇ ਨਾਲ ਸਾਡੇ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਹਰ ਰੋਜ਼ ਦੀ ਤਰ੍ਹਾਂ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਮੈਡਮ ਬਹੁਤ ਬਹੁਤ ਸਵਾਗਤ ਸਸ਼ਕੱਲ ਧੰਨਵਾਦ ਜੀ ਤੇ ਜਿੰਨੇ ਵੀ ਸੁਣ ਵੇਖ ਸਕਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਵਧੇ ਜੀ ਮੈਂ ਸਭ ਤੋਂ ਪਹਿਲਾਂ ਦਹੀਂ ਦੇ ਉੱਤੇ ਦਾ ਪ੍ਰੋਗਰਾਮ ਆਪਾਂ ਵਾਚ ਕਰਨਾ ਪਹਿਲਾਂ ਇੱਕ ਗੱਲ ਇਹ ਹੁੰਦੀ ਹੈ ਕਿ ਨੁਸਖੇ ਤੁਸੀਂ ਇੱਥੇ 10 ਜ਼ਰੂਰ ਜਾਣੇ ਹੋ ਪਰ ਬਾਅਦ ਦੇ ਵਿੱਚ ਇਹ ਜ਼ਰੂਰ ਹੁੰਦਾ ਕਿ ਤੁਹਾਨੂੰ ਫੋਨ ਕਰਕੇ ਜ਼ਰੂਰ ਪੁੱਛਿਆ ਜਾਂਦਾ ਉਦੋਂ ਤੁਸੀਂ ਵਧੀਆ ਨੁਸਖੇ ਦੱਸਦੇ ਹੋ ਪ੍ਰੋਗਰਾਮ 'ਚ ਘੱਟ ਦੱਸਦੇ ਹੋ ਇਹ ਦੱਸਿਓ ਨਹੀਂ ਦੇਖੋ ਇੱਕ ਨਿੱਕੀ ਜਿਹੀ ਆਪਾਂ ਨੁਕਤਾ ਗੱਲ ਕਰਦੇ ਆ ਆਮ ਹੀ ਆਪਾਂ ਗੱਲ ਕਰ ਲੈਨੇ ਆਂ ਆਫ ਦੀ ਰੈਕਡ ਜਦੋਂ ਫੋਨ ਤੇ ਨਹੀਂ ਜਦੋਂ ਪ੍ਰੋਗਰਾਮ ਨਹੀਂ ਕਰਦੇ ਕਦੇ ਮੈਂ ਤੁਸੀਂ ਕਿਹੜੇ ਕੱਪੜੇ ਰੰਗ ਦੇ ਪਾਏ ਨੇ ਨਹੀਂ ਦੱਸ ਸਕਦੀ ਮੇਰਾ ਖਿਆਲ ਹੈ ਤੁਹਾਡਾ ਵੀ ਇਹੋ ਹਾਲ ਹੋਏਗਾ ਬਿਲਕੁਲ ਠੀਕ ਫੋਨ ਤੇ ਗੱਲ ਕਰ ਰਹੇ ਆ ਤਾਂ ਦੂਸਰੇ ਪਾਸੇ ਦੇ ਬਾਹਰ ਸਰੀਰ ਦੇ ਪਾਏ ਕੱਪੜੇ ਨਹੀਂ ਦੱਸੇ ਜਾ ਸਕਦੇ ਬਿਲਕੁਲ ਇਹਨ ਜੀ ਜਦੋਂ ਕੋਈ ਬਿਮਾਰੀ ਬਾਰੇ ਪੁੱਛੇ ਕਿ ਮੈਨੂੰ ਇਹ ਰੋਗ ਜਾਪਦਾ ਹੈ ਪਰ ਤੁਸੀਂ ਹੁਣ ਫੋਨ ਤੇ ਮੈਨੂੰ ਲਿਖਾ ਦਿਓ ਕਿੰਨਾ ਪਿਆਜ਼ ਕਿੰਨਾ ਅਦਰਕ ਕਿੰਨਾ ਥੋਮ ਕਿਸ ਢੰਗ ਨਾਲ ਖਾਵਾਂ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜੇ ਸਰੀਰ ਦੇ ਬਾਹਰਲੇ ਕੱਪੜੇ ਨਹੀਂ ਪਤਾ ਲੱਗਦੇ ਸਰੀਰ ਦੇ ਅੰਦਰਲਾ ਰੋਗ ਜੋ ਤੁਸੀਂ ਦੇਖਿਆ ਹੀ ਨਹੀਂ ਤੇ ਹਰ ਸਰੀਰ ਦਾ ਸਿਸਟਮ ਵੱਖ ਚੱਲਦਾ ਹੈ ਕਿਉਂ ਆਪਾਂ ਇਹ ਗਲਤ ਚੀਜ਼ ਕਰ ਰਹੇ ਹਾਂ ਜਦਕਿ ਸਾਡੇ ਮੂਲਕ ਦੇ ਸੁਪਰੀਮ ਕੋਰਟ ਨੇ ਵੀ ਇੱਥੋਂ ਤੱਕ ਕਿਹਾ ਹੋਇਆ ਹੈ ਕਿ ਫੋਨ ਤੇ ਲਈਆਂ ਸਲਾਹਾਂ ਠੀਕ ਨਹੀਂ ਹੁੰਦੀਆਂ ਬਿਹਤਰ ਹੁੰਦਾ ਡਾਕਟਰ ਕੋਲ ਚੈੱਕ ਕਰਾਓ ਕਿਉਂਕਿ ਕਈ ਵਾਰ ਸੀਰੀਅਸ ਬਿਮਾਰੀ ਜੋ ਸਟੇਜ 1 ਤੇ ਹੈ ਤੇ ਸੰਪੂਰਨ ਰੂਪ ਵਿੱਚ ਠੀਕ ਹੋ ਸਕਦੀ ਹੈ ਅਸੀਂ ਉਸ ਨੂੰ ਜਦੋਂ ਲੇਟ ਕਰ ਦਿੰਦੇ ਆ ਔੜ-ਪੋੜ ਜਾਂ ਸਲਾਹਾਂ ਨਾਲ ਤਾਂ ਫਿਰ ਨੁਕਸਾਨ ਹੋ ਸਕਦਾ ਹੈ ਨਾਲੇ ਖੁਰਾਕ ਤਾਂ ਲੰਬੇ ਸਮੇਂ ਬਾਅਦ ਅਸਰ ਕਰਦੀ ਹੈ ਜੀ ਮੈਂ ਅੱਜ ਅਸੀਂ ਪ੍ਰੋਗਰਾਮ ਕਰਨਾ ਤੁਸੀਂ ਇਹ ਦੱਸੇ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਸ਼ੁਕਰੀਆ ਪਰ ਅਸੀਂ ਅੱਜ ਬੇਹਦ ਖਾਸ ਪ੍ਰੋਗਰਾਮ ਹੈ ਮੇਰੇ ਲਈ ਤਾਂ ਬੜਾ ਇੰਟਰਸਟਿੰਗ ਹੈ ਸ਼ਾਇਦ ਸ਼ਾਇਦ ਸਾਡੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਪ੍ਰਾਇਮੇਰੀਸ਼ੀਆ ਦੇ ਉਹਨਾਂ ਦੇ ਲਈ ਵੀ ਇੰਨਾ ਹੀ ਇਹ ਖਾਸ ਪ੍ਰੋਗਰਾਮ ਹੋਵੇ ਦਹੀਂ ਦੇ ਨਾਲ ਸਾਡੀ ਸਾਰਿਆਂ ਦੀ ਇੱਕ ਯਾਦ ਹੈ ਨਿੱਕੇ ਹੁੰਦਿਆਂ ਤੋਂ ਕਿਉਂਕਿ ਜਦੋਂ ਅਸੀਂ ਸਕੂਲ ਦੇ ਵਿੱਚ ਜਾਂਦੇ ਸੀ ਜਾਂ ਫਿਰ ਸਾਡਾ ਕੋਈ ਐਗਜ਼ਾਮ ਹੁੰਦਾ ਸੀ ਪ੍ਰੀਖਿਆ ਹੁੰਦੀ ਸੀ ਤਾਂ ਉਦੋਂ ਦਹੀਂ ਦੇ ਵਿੱਚ ਸ਼ੱਕਰ ਘੋਲ ਕੇ ਉਹ ਕਿਹਾ ਜਾਂਦਾ ਸੀ ਕਿ ਇਹਦੇ ਨਾਲ ਸਾਨੂੰ ਤਾਂ ਇਹ ਲੱਗਦਾ ਸੀ ਵੀ ਇਹਦੇ ਨਾਲ ਹੀ ਸ਼ਾਇਦ ਪਾਸ ਹੋ ਜਾਈਦਾ ਪਰ ਦੀ ਵੀ ਨਹੀਂ ਜ਼ਰੂਰਤ ਨਹੀਂ ਹਰ ਹਰ ਇੱਕ ਜਿਹੜਾ ਵਿਅਕਤੀ ਹੁੰਦਾ ਉਹਦੀ ਇੱਕ ਖਾਸ ਯਾਦ ਹੈ ਦਹੀਂ ਦੇ ਨਾਲ ਤੇ ਅੱਜ ਵੀ ਲੋਕ ਬਹੁਤ ਸਾਰੇ ਸੇਵਨ ਕਰਦੇ ਨੇ ਬਹੁਤ ਸਾਰੇ ਤੁਹਾਡੇ ਅਰਗੇ ਡਾਕਟਰ ਦੱਸਦੇ ਨੇ ਕਿ ਹੋਰ ਕੁਝ ਰਹਿੰਦਾ ਰਹੇ ਪਰ ਦਹੀਂ ਨਹੀਂ ਹੋਣਾ ਚਾਹੀਦਾ ਦਹੀਂ ਦੇ ਉੱਤੇ ਕਮਾਲ ਦੀ ਖੋਜ ਦਾ ਜ਼ਿਕਰ ਤੁਸੀਂ ਕੀਤਾ ਤੇ ਮੈਂ ਚਾਹੁੰਨਾ ਕਿ ਉਹ ਸਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਤੁਸੀਂ ਜ਼ਰੂਰ ਸਾਂਝਾ ਕਰਿਓ ਹਾਂ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ ਕਿ ਮੈਂ ਜਦੋਂ ਡਾਕਟਰੀ ਸ਼ੁਰੂ ਹੀ ਕੀਤੀ ਸੀ ਬੱਚਿਆਂ ਦੀ ਸਪੈਸ਼ਲਿਸਟ ਬਣਨ ਬਾਅਦ ਤੇ ਸਭ ਤੋਂ ਪਹਿਲੀ ਚੀਜ਼ ਸਾਹਮਣੇ ਆਂਦੀ ਸੀ ਕਿ ਨਵੇਂ ਜੰਮੇ ਬੱਚੇ ਨੂੰ ਦਹੀਂ ਨਾਲ ਨਹਾ ਕੇ ਲਿਆਉਂਦੇ ਸੀ ਤੇ ਅਸੀਂ ਬੜੇ ਕਾਲਰ ਉੱਤੇ ਕਰਕੇ ਕੀ ਗੱਲ ਹੈ ਦਹੀਂ ਨਾਲ ਵੀ ਕਦੇ ਨਵਾਈਦਾ ਨਹੀਂ ਇਹ ਗਲਤ ਹੈ ਸਭਨ ਵਰਤੋ ਸੋ ਇਹੋ ਜੀਆਂ ਚੀਜ਼ਾਂ ਤੋਂ ਹੁਣ ਮੁੜ ਘੜਕੇ ਜਦੋਂ ਸਮਝ ਆਈ ਕਿ ਖੋਜਾਂ ਕੀ ਦੱਸਦੀਆਂ ਨੇ ਸੱਚਮੁੱਚ ਕਮਾਲ ਹੋਈ ਪਈਏ ਪਰ ਮੈਂ ਇੱਕ ਗੱਲ ਦੱਸਾਂ ਜੇ ਅੱਜ ਤੁਸੀਂ ਮਾਈਕਰੋਸਕੋਪ ਥੱਲੇ ਕਿਤੇ ਦਹੀਂ ਦਾ ਨਿੱਕਾ ਜਿਹਾ ਹਿੱਸਾ ਵੀ ਦੇਖ ਲਓ ਨਾ ਜਿਵੇਂ ਮੈਂ 6 ਮਹੀਨੇ ਦਹੀਂ ਨੂੰ ਹੱਥ ਨਹੀਂ ਲਾਇਆ ਤੁਸੀਂ ਵੀ ਨਹੀਂ ਜੇ ਲਾਣ ਲੱਗੇ ਕਿਉਂਕਿ ਉਸ ਚ ਘੁਰਬਲ ਘੁਰਬਲ ਕਰਦੇ ਇੰਨੇ ਕੀੜੇ ਹੋਣਗੇ ਕਿ ਉਹ ਚ ਪਾਇਆ ਨਹੀਂ ਜਾ ਸਕਦਾ ਪਰ ਕੁਦਰਤ ਨੇ ਉਹ ਚੰਗੇ ਬੈਕਟੀਰੀਆ ਸਾਨੂੰ ਬਖਸ਼ੇ ਨੇ ਉਹੀ ਜੇ ਜਿਹੜੀ ਸਾਡੀ ਜਾਨ ਬਚਾਉਂਦੇ ਨੇ ਮੇਰਾ ਖਿਆਲ ਜਿਹੜਾ ਵੀ ਕੋਵਿਡ ਦੌਰਾਨ ਲੰਘਿਆ ਹੋਏਗਾ ਉਹਨੂੰ ਪਤਾ ਜੇ ਕੀ ਕੀ ਮਾਇਨੇ ਨੇ ਚੰਗੇ ਬੈਕਟੀਰੀਆ ਦੇ ਕੀ ਇਮਿਊਨਿਟੀ ਹੁੰਦੀ ਜੇ ਤੇ ਕਿਵੇਂ ਇਹ ਦਹੀਂ ਜਦੋਂ ਤਿਆਰ ਹੁੰਦਾ ਜੇ ਕੁਦਰਤ ਨੇ ਕਿੰਨੀ ਬੇਸ਼ਕੀਮਤੀ ਚੀਜ਼ ਬਖਸ਼ੀ ਐ ਤੁਸੀਂ ਇੱਥੋਂ ਹੈਰਾਨ ਹੋ ਜਾਓਗੇ ਕਿ ਅਸੀਂ ਨਵ ਜੰਮੇ ਤਾਂ ਛੱਡੋ ਸਤਮਾਏ ਬੱਚੇ ਇਹ ਖੋਜਾਂ ਦੇ ਆਧਾਰ ਤੇ ਦੱਸਦੀਆਂ ਕਿ ਜਿਹੜਾ 7ਵੇਂ ਮਹੀਨੇ ਜੀ ਅਜੇ ਜੰਮ ਪਿਆ ਸਤਮਾਇਆ ਬੱਚਾ ਜਿਹੜੇ ਤੇ ਬਚਣ ਦੀ ਉਮੀਦ ਨਾ ਹੋਏ ਜਿਹਦੇ ਅੰਤੜੀਆਂ ਗਲ ਰਹੀਆਂ ਹੋਣ ਮੌਤ ਯਕੀਨੀ ਹੋਏ ਜਿਸ ਹਿਸਾਬ ਦੀ ਇਹ ਸਾਡੇ ਪ੍ਰੋਬਾਇਓਟਿਕਸ ਅਸੀਂ ਇਹਨਾਂ ਨੂੰ ਗਿਣਦੇ ਆ ਜਿਹੜੇ ਕਿਟਾਣੂ ਯਾਨੀ ਦਹੀਂ ਤਾਂ ਇੱਕ ਇੱਕ ਕਿਸਮ ਹੋ ਗਿਆ ਵੀ ਦੁੱਧ ਤੋਂ ਬਣਾਈ ਗਈ ਇਸੇ ਤਰ੍ਹਾਂ ਕੈਫੀਰ ਹੁੰਦੀ ਜੇ ਜਿਹੜੇ ਕਿਟਾਣੂ ਜੋ ਬਣਾਉਣ ਵਾਲੇ ਨੇ ਇਸ ਨੂੰ ਦਹੀਂ ਨੂੰ ਉਹਨਾਂ ਨੂੰ ਅਸੀਂ ਪ੍ਰੋਬਾਇਓਟਿਕ ਕਿਟਾਣੂ ਗਿਣਦੇ ਆ ਉਹ ਚੰਗੇ ਬੈਕਟੀਰੀਆ ਜਦੋਂ ਅਸੀਂ ਸਹੀ ਗਿਣਤੀ ਵਿੱਚ ਸਤਿਮਾਏ ਬੱਚੇ ਦੇ ਅੰਦਰ ਅੰਤੜੀਆਂ ਵਿੱਚ ਵੀ ਪਾ ਦਿੰਨੇ ਆ ਯਾਨੀ ਦਹੀਂ ਨਹੀਂ ਪਾਉਂਦੇ ਉਹੀ ਕਿਟਾਣੂ ਜੋ ਦਹੀਂ ਬਣਾਉਂਦੇ ਨੇ ਤਾਂ ਉਹਨਾਂ ਨੂੰ ਅਸੀਂ ਬਚਦੇ ਦੇਖਿਆ ਛੇਤੀ ਹਸਪਤਾਲਾਂ ਤੋਂ ਛੁੱਟੀ ਹੋ ਕੇ ਘਰ ਜਾਂਦੇ ਦੇਖਿਆ ਸੋ ਇਹ ਖੋਜਾਂ ਸਾਡੀਆਂ ਹੁਣ ਮੈਡੀਕਲ ਬੁੱਕਸ ਵਿੱਚ ਦਰਜ ਨੇ ਕਿ ਪ੍ਰੋਬਾਇਓਟਿਕਸ ਬਹੁਤ ਵਧੀਆ ਨੇ ਹਾਲੇ ਤੱਕ ਆਪਾਂ ਜੋ ਹੁਣ ਗੱਲਾਂ ਕਰਦੇ ਸਾਂ ਪ੍ਰੀਬਾਇਓਟਿਕਸ ਸੀ ਉਹ ਕੀ ਚੀਜ਼ਾਂ ਨੇ ਉਹ ਬਣੀ ਬਣਾਈ ਖੁਰਾਕ ਹੈ ਜਿਵੇਂ ਗੰਡਾ ਥੋਮ ਸੋਇਆਬੀਨ ਇਹ ਵੱਖਰੀ ਕਿਸਮ ਦੀ ਸਾਨੂੰ ਇਮਿਊਨਿਟੀ ਦਿੰਦੇ ਨੇ ਪਰ ਦਈ ਦਾ ਜ਼ਿਕਰ ਇਸ ਕਾਰਨ ਕਰਾਂਗੀ ਕਿ ਜਿਹੜੇ ਕਿਟਾਣੂ ਜਿਨ੍ਹਾਂ ਵਿੱਚ ਕੇ ਕੁਝ ਉਲੀ ਦੇ ਕਿਟਾਣੂ ਵੀ ਨੇ ਅੱਛਾ ਜੀ ਬਿਫਿਡੋ ਬੈਕਟੀਰੀਅਮ ਵੀ ਨੇ ਹੁਣ ਇਹਨਾਂ ਚ ਹੁੰਦਾ ਕੀ ਜੇ ਇਹਨਾਂ ਨੇ ਇਸ ਕਦਰ ਸਾਡੇ ਅੰਤੜੀਆਂ ਤੇ ਦਿਮਾਗ ਵਿੱਚ ਕਮਾਲ ਦਾ ਕਨੈਕਸ਼ਨ ਕੁਦਰਤ ਨੇ ਜੋੜਿਆ ਜੋ ਲੱਭਿਆ ਇਸ ਖੋਜ ਰਾਈ ਹੈ ਕਿ ਜਿਹੜਾ ਚਿੜਚਿੜਾਪਨ ਦੇ ਸ਼ਿਕਾਰ ਹੋਣ ਇਹ ਅਫਾਰਾ ਟੱਟੀਆਂ ਲਗਦੀਆਂ ਹੋਣ ਕਬਜ਼ ਰੰਦੀ ਹੋਏ ਤੋਂ ਲੈ ਕੇ ਬੌਧਿਕ ਵਿਕਾਸ ਤੇ ਤੁਸੀਂ ਹੈਰਾਨ ਹੋ ਜਾਓਗੇ ਮਰਦਾਨਾ ਕਮਜ਼ੋਰੀ ਤੱਕ ਲਈ ਇੰਨੀਆਂ ਕਮਾਲ ਦੀਆਂ ਖੋਜਾਂ ਆਈਆਂ ਨੇ ਟੂ ðiਸ ਐਕਸਟੈਂਡ ਕਿ ਜੇ ਅਸੀਂ ਗਰਭਵਤੀ ਔਰਤ ਨੂੰ ਦਹੀਂ ਰੈਗੂਲਰ ਤਿੰਨ ਵਾਰ ਕੋਲੀਆਂ ਖਵਾਉਂਦੇ ਰਹੀਏ ਨਾ ਤਾਂ ਉਹਦੇ ਬੱਚਾ ਜਿਹੜਾ ਜੰਮਣਾ ਹੈ ਯਾਨੀ ਜੋ ਪੇਟ 'ਚ ਸੀ ਉਹਨੂੰ ਚਮੜੀ ਦਾ ਐਟੋਪਿਕ ਡਰਮਟਾਈਟਸ ਰੋਗ ਇੱਕ ਹੁੰਦਾ ਜੇ ਉਹ ਹੁੰਦਾ ਨਹੀਂ ਜਰ ਅੰਦਾਜ਼ਾ ਲਾ ਲਓ ਕਿ ਕਿਸ ਤਰੀਕੇ ਉਹ ਜੰਮਿਆ ਵੀ ਨਹੀਂ ਬੱਚਾ ਉਹਦੇ ਉੱਤੇ ਵੀ ਉਹਦੀ ਚਮੜੀ ਤੇ ਕਿਆ ਕਮਾਲ ਦਾ ਅਸਰ ਦਿਖਾਏਗਾ ਤੇ ਹੁਣ ਦੱਸ ਦਿਓ ਕਿ ਨਵ ਜੰਮੇ ਬੱਚੇ ਨੂੰ ਨਵਾਣਾ ਜੋ ਪਤਾ ਨਹੀਂ ਕਿਵੇਂ ਸਾਡੇ ਵੱਡੇ ਵਡੇਰਿਆਂ ਨੂੰ ਪਤਾ ਸੀ ਜੋ ਅਸੀਂ ਹੁਣ ਖੋਜਾਂ ਰਹੀ ਕੱਢ ਰਹੇ ਆਂ ਜੇ ਉਹਨੂੰ ਦਹੀਂ ਨਾਲ ਨਵਾ ਦਿਓਗੇ ਤਾਂ ਗਜ਼ਬ ਕਰ ਦਿਓਗੇ ਬਿਲਕੁਲ ਠੀਕ ਹੈ ਬੈਕਟੀਰੀਆ ਨਹੀਂ ਦੇਖ ਕੇ ਬੈਕਟੀਰੀਆ ਦੇ ذریعے ਨਹੀਂ ਦੇਖਣਾ ਬਾਕੀ ਤੁਸੀਂ ਖਾਣਾ ਉਹਨੂੰ ਜ਼ਰੂਰ ਹੈ ਜੀ ਇਹ ਗੱਲ ਪੱਕੀ ਹੈ ਜੀ ਬਿਲਕੁਲ ਦੇਖੋ ਜੇ ਤੁਹਾਡੀ ਬੱਚੇ ਦੀ ਯਾਦਦਾਸ਼ਤ ਘਟ ਰਹੀ ਹੋਵੇ ਉਹਨੂੰ ਅਲਰਜੀ ਦਾ ਰੋਗ ਹੋਵੇ ਨੀਂਦਰ ਸਹੀ ਨਾ ਆਂਦੀ ਹੋਵੇ ਪੈਨਿਕ ਅਟੈਕਸ ਹੁੰਦੇ ਹੋਣ ਜਾਨੀ ਮੂਡ ਵਿੱਚ ਤਬਦੀਲੀ ਆਉਂਦੀ ਹੋਵੇ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਲਈ ਬਾਕਾਇਦਾ ਡੋਸ ਜੇ ਕਿੰਨੀ ਖਾਣੀ ਤੇ ਉਹਦੇ ਵਿੱਚ ਜੋ ਖੋਜਾਂ ਹੋਈਆਂ ਹੁਣ ਤੱਕ ਦੀਆਂ ਉਹ ਹੋਈਆਂ ਕਿ ਜੇ ਸ਼ੱਕਰ ਰੋਗੀ ਹੈ ਤੇ ਜਾਂ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਮਰਦਾਨਾ ਕਮਜ਼ੋਰੀ ਜਾਂ ਇਸ ਤਰ੍ਹਾਂ ਦੇ ਜਿਹੜੇ ਰੋਗ ਨੇ ਜਿਨ੍ਹਾਂ 'ਚ ਈਵਨ ਅੰਤੜੀਆਂ ਦੇ ਬਹੁਤ ਸਾਰੇ ਰੋਗ ਜਿਨ੍ਹਾਂ 'ਚ ਸ਼ਾਮਲ ਨੇ ਜਿਨ੍ਹਾਂ 'ਚ ਈਵਨ ਅਲਰਜੀਜ਼ ਵੀ ਹੋਣ ਤਾਂ 250 ਗ੍ਰਾਮ ਤੁਸੀਂ ਇੱਕ ਵੇਲੇ ਜਿਸ 'ਚ ਇੱਕ ਖਾਸ ਚੀਜ਼ ਦੱਸ ਦਿਆਂ ਫਿਰ ਫੋਨ ਤੇ ਨਾ ਪੁੱਛਿਓ ਕਿ ਨਮਕ ਤੇ ਚੀਨੀ ਨਹੀਂ ਪਾਣੀ ਜੀ ਯਾਨੀ ਅਸੀਂ ਸ਼ੌਕ ਹੈ ਸਾਨੂੰ ਵੀ ਅਸੀਂ ਦਹੀਂ ਨਹੀਂ ਖਾਣਾ ਜੀ ਵਿੱਚ ਦੇ ਖੀਰੇ ਵੀ ਪਾਓ ਜੀ ਟਮਾਟਰ ਵੀ ਪਾਓ ਜੀ ਨਮਕ ਵੀ ਕਾਲੀ ਮਿਰਚ ਵੀ ਜਿੰਨੀਆਂ ਖੋਜਾਂ ਹੋਈਆਂ ਨੇ ਬਿਲਕੁਲ ਕਲੀਅਰ ਦੱਸ ਦਿੱਤਾ ਨਾ ਮਿੱਠਾ ਤੇ ਨਾ ਨਮਕ ਉਹਨਾਂ ਤੋਂ ਬਗੈਰ ਤੇ ਤੂੰ ਤੀਸਰੀ ਚੀਜ਼ ਕੇ ਤਾਜ਼ੀ ਜੰਮੀ ਦਹੀਂ ਕਿਸੇ ਵੀ ਹਾਲ ਵਿੱਚ ਫ੍ਰਿਜ ਵਿੱਚ ਗਈ ਨਹੀਂ ਲੈਣੀ ਕਿਉਂਕਿ ਉਹ ਕਿਟਾਣੂਆਂ ਦੀ ਐਕਟੀਵਿਟੀ ਖਤਮ ਹੋ ਜਾਂਦੀ ਜੈ ਜੀ ਇੱਕ ਹੋਰ ਅਹਿਮ ਚੀਜ਼ ਕਿ ਜੇ 3 ਦਿਨ ਤੋਂ ਵੱਧ ਪੁਰਾਣੀ ਦਹੀਂ ਹੈ ਤਾਂ ਕਿਸੇ ਵੀ ਹਾਲ ਵਿੱਚ ਨਹੀਂ ਵਰਤਣੀ ਕਿਉਂਕਿ ਉਹ ਕਿਟਾਣੂ 7 ਗੁਣਾ ਵੱਧ ਹੋ ਜਾਂਦੇ ਨੇ ਜੋ ਹਾਨੀਕਾਰਕ ਸਾਬਤ ਹੋ ਸਕਦੇ ਨੇ ਇੱਕ ਸਵਾਲ ਹੈ ਇਹਦੇ ਨਾਲ ਜੁੜਿਆ ਹੋਇਆ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਜ਼ਿਆਦਾ ਇਤਫਾਕ ਰੱਖਦੇ ਨੇ ਇਹ ਤਵਕਕੋ ਕਰਦੇ ਨੇ ਉਹ ਇਹ ਹੈ ਕਿ ਉਹ ਕਹਿੰਦੇ ਕਿ ਮਟਕੇ ਦੇ ਵਿੱਚ ਜਮਾਈ ਹੋਈ ਦਹੀਂ ਉਹਦੀ ਵਰਤੋਂ ਕਰੋ ਉਹ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਉਹ ਜ਼ਰੂਰੀ ਖਾਣੀ ਚਾਹੀਦੀ ਹੈ ਜਾਂ ਨਹੀਂ ਬਿਲਕੁਲ ਸਈਏ ਦੇਖੋ ਇਹ ਫਰਕ ਨਹੀਂ ਪੈਂਦਾ ਕਿਸ ਥਾਂ ਤੇ ਉਹ ਸਿਰਫ ਇੰਨਾ ਕੰਮ ਕਰਦਾ ਕਿ ਉਸ ਚੋਂ ਫਾਲਤੂ ਪਾਣੀ ਜਜ਼ਬ ਕਰ ਲੈਂਦਾ ਹੁਣ ਜਿਹੜਾ ਦਹੀਂ ਤਾਜ਼ਾ ਜੰਮਿਆਂ ਦੀ ਗੱਲ ਤਾਂ ਕਰਦੇ ਨੇ ਕਿ ਉਹ ਨਰਮ ਤੇ ਤਾਜ਼ੇ ਕੋਲੇ ਦਹੀਂ ਦੇ ਵਿੱਚ ਉਹ ਕਿਟਾਣੂ ਬੜੇ ਕਮਾਲ ਦੇ ਖਿਲਰੇ ਹੁੰਦੇ ਨੇ ਜਿਹੜੇ ਚੰਗੇ ਹੁੰਦੇ ਨੇ ਜਿਗਰ ਦੇ ਰੋਗੀਆਂ ਲਈ ਵੀ ਇਹ ਖੋਜ ਹੋ ਚੁੱਕੀ ਬਹੁਤ ਵਧੀਆ ਜੇ ਹੁਣ ਜਦੋਂ ਅਸੀਂ ਉਸ ਦਹੀਂ ਨੂੰ ਜੋ ਬਾਜ਼ਾਰੀ ਦਹੀਂ ਜਿਹਨੇ ਪੈਕੇਜਡ ਲੈਨੇ ਆ ਉਹਦੇ ਵਿੱਚ ਜੋ ਇਹ ਖੋਜ ਦੱਸਦੀ ਹੈ ਮੇਰਾ ਕਿਸੇ ਕੰਪਨੀ ਨਾਲ ਕੋਈ ਲੜਾਈ ਨਹੀਂ ਹੈ ਖੋਜ ਦੱਸਦੀ ਜੇ ਕਿ ਉਹਦੇ ਵਿੱਚ ਉਹਨੇ ਐਕਟਿਵ ਨਹੀਂ ਰਹਿੰਦੇ ਤੇ ਜਿਵੇਂ ਉਹਦਾ ਜਮਾਨ ਦਾ ਢੰਗ ਵਰਤਿਆ ਜਾਂਦਾ ਉਹਦੇ ਵਿੱਚ ਉਹਨਾਂ ਦੀ ਉਹਨੀ ਤਾਕਤ ਵਾਪਸ ਬਿਮਾਰੀ ਨਾਲ ਲੜਨ ਦੀ ਨਹੀਂ ਰਹਿੰਦੀ ਇਸੇ ਕਾਰਨ ਭਾਵੇਂ ਉਹ ਕੁਜੇ ਵਿੱਚ ਜਮਾਇਆ ਕਰਦਾ ਹੋਵੇ ਬਹੁਤ ਵਧੀਆ ਪਰ ਹੁਣ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਫੁੱਲ کریم ਮਿਲਕ ਯਾਨੀ ਮਲਾਈ ਉਤਾਰ ਕੇ ਨਹੀਂ ਬਲਕਿ ਤੁਸੀਂ ਜਿੰਨਾ ਉਹਦਾ ਫੁੱਲ ਫੈਟ ਮਿਲਕ ਨੂੰ ਜਿਹੜਾ ਜਮਾਇਆ ਉਸੇ ਦੇ ਉੱਤੇ ਹੀ ਖੋਜ ਕੀਤੀ ਗਈ ਹੈ ਇਸ ਤੋਂ ਇਲਾਵਾ ਜੇ ਕਿਸੇ ਨੇ ਹੋਰ ਕੋਈ ਖੋਜ ਪੜ੍ਹੀ ਹੋਏ ਅਸੀਂ ਬੜੇ ਖੁਸ਼ ਹੋਵਾਂਗੇ ਦੱਸਣ ਇੱਕ ਖੋਜ ਹੋਈ ਹੈ ਆਸਟ੍ਰੇਲੀਆ ਦੇ ਮੈਡੀਕਲ ਕਾਲਜ ਵਿੱਚ ਵੀ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਇਸ ਤੇ ਕੀਤੀ ਗਈ ਹੈ ਅਲੱਗ-ਅਲੱਗ ਰੋਗੀਆਂ ਰੋਗੀਆਂ ਤੇ ਤੇ ਮਜ਼ੇਦਾਰ ਕੰਮ ਇਹ ਦੇਖ ਲਓ ਕਿ ਮੇਰਾ ਖਿਆਲ ਹੈ ਜਿਵੇਂ ਕੋਈ ਕਿਸੇ ਦੇ ਚਮੜੀ ਸੜ ਗਈ ਹੋਏ ਨਾ ਧੁੱਪ ਨਾਲ ਜੀ ਤੇ ਦਹੀਂ ਨੂੰ ਜੇ ਤੁਸੀਂ ਲੇਪ ਲਾ ਕੇ ਉੱਥੇ ਥੋੜੀ ਦੇਰ ਰੱਖ ਲੈਂਦੇ ਹੋ ਤੇ ਰੋਜ਼ ਦੋ ਜਾਂ ਤਿੰਨ ਵਾਰ ਇਸੇ ਤਰ੍ਹਾਂ ਦਿਨ ਚ ਲਾ ਕੇ ਜੇ ਰੱਖੋਗੇ ਤੁਸੀਂ ਦੇਖੋਗੇ ਕਿ ਨਾ ਸਿਰਫ ਚਮੜੀ ਨਰਮ ਹੋਏਗੀ ਬਲਕਿ ਉਹ ਜਿਹੜੀ ਜਲਨ ਉਸੇ ਸਕੈਂਟੀ ਠੀਕ ਹੋ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਸਾਫ਼ ਕਰਦੇ ਹੋ ਤਾਂ ਤੁਹਾਡੀ ਥੱਲੋਂ ਬਿਲਕੁਲ ਕੁਦਰਤੀ ਜਿਹੜੀ ਆਇਲ ਉਹਦੇ ਨਾਰਮਲ ਚਮੜੀ ਦੇ ਵੀ ਬਾਹਰ ਆ ਜਾਂਦੇ ਨੇ ਹੁਣ ਇਸੇ ਤਰ੍ਹਾਂ ਵਾਲ ਧੋਣ ਲਈ ਦੇ ਨਾਲ ਸਾਡੇ ਬੱਚਿਆਂ ਦੇ ਜ਼ਰੂਰ ਤੋਤੇ ਜਾਂਦੇ ਸੀ ਪਰ ਹੁਣ ਮੇਰਾ خیال ਇਹ ਸੰਭਵ ਨਹੀਂ ਮੈਂ ਹੁਣ ਤੁਸੀਂ ਹੱਸੋਗੇ ਜੇ ਦੱਸਾਂ ਵੀ ਮੈਂ ਆਪ ਆਪਣੇ ਅੱਖੀਂ ਦੇਖ ਕੇ ਆਈ ਆ ਸਵਿਟਜ਼ਰਲੈਂਡ ਚ ਦੁਕਾਨ ਚ ਗਏ ਅਸੀਂ ਮੈਨੂੰ ਤਾਂ ਉਹ ਪਾਸ਼ਾ ਨਹੀਂ ਸੀ ਆਂਦੀ ਜੋ ਲਿਖੀ ਤਾਂ ਉੱਥੇ ਜਿਹੜੀ ਸੇਲਸ ਗਰਲ ਸੀ ਉਹਨੂੰ ਪੁੱਛਿਆ ਵੀ ਆ ਕੀ ਲਿਖਿਆ ਕਿਹੜਾ ਸਭ ਤੋਂ ਮਹਿੰਗਾ ਸ਼ੈਂਪੂ ਲਿਖਿਆ ਹੋਇਆ ਕੀਮਤ ਉਹਦੀ 350 ਪੌਂਡ ਸੀ ਮੇਰੇ ਵਰਗਾ ਤਾਂ ਹੱਥ ਲਾਂਦਾ ਵੀ ਡਰਦਾ ਸੀ ਇੰਨੀ ਮਹਿੰਗੀ ਇਹ ਕੀ ਜੇ ਪਪਾ ਉਹਨੇ ਮੈਨੂੰ ਕੀ ਪੜ੍ਹ ਕੇ ਦੱਸਿਆ ਵੀ ਇਹ ਦਹੀਂ ਆ। ਨਾ ਉਹ ਦੇਖ ਅਕਲ ਵਾਲ ਦੇਖਾਂ ਵੀ ਵੀ 350 ਪਾਉਂਡ ਦਾ ਦਹੀਂ ਦਾ ਚੈਂਪੂ ਕੌਣ ਖਰੀਦੂਗਾ। ਪਰ ਉਹਨੇ ਦੱਸਿਆ ਹੁਣ ਉਹ ਦੱਸ ਰਹੀ ਆ ਉਥੋਂ ਪੜ੍ਹ ਕੇ ਵੀ ਭਾਈ ਭਾਵੇਂ ਵਾਲ ਛੜਦੇ ਹੁਣ ਜਾਂ ਇਹ ਚੇਤੀ ਨਾ ਗੁੰਝਲਾਂ ਪੈ ਜਾਂਦੀਆਂ ਹੋਣ ਜਾਂ ਲਿਸ਼ਕ ਚਲੀ ਗਈ ਹੋਏ ਤਾਂ ਉਹ ਸਾਰੇ ਲਈ ਨਰੋਈ ਚਮੜੀ ਵਾਸਤੇ ਠੀਕ ਠਾਕ ਕਰਨ ਲਈ ਇਹ ਸਭ ਤੋਂ ਮਹਿੰਗਾ ਜੇ। ਉਦੋਂ ਤੱਕ ਮੈਂ ਖੋਜ ਪੜੀ ਨਹੀਂ ਸੀ ਮੈਂ ਤੁਹਾਨੂੰ 4 ਸਾਲ ਪੁਰਾਣੀ ਗੱਲ ਕਰਦੀ ਆ ਪਰ ਹੁਣ ਖੋਜ ਪੜਨ ਤੋਂ ਬਾਅਦ ਜੇ ਗੁਰਦੇ ਜਿਗਰ ਦੇ ਰੋਗੀਆਂ ਤੋਂ ਲੈ ਕੇ ਜੇ ਮਰਦਾਨਾ ਕਮਜ਼ੋਰੀ ਤੱਕ ਲਈ ਕਿ ਇਹ ਪ੍ਰੂਵ ਹੋ ਗਿਆ ਕਿ ਤਾਜ਼ੀ ਜੰਨੀ ਦਹੀਂ ਨੂੰ ਟੈਸਟ ਟਿਊਬ ਵਿੱਚ ਜਦੋਂ ਪਾਇਆ ਗਿਆ ਸਪਰਮ ਕਾਊਂਟ ਦੀ ਇਸ ਪਰਮ ਦੀ ਜਿਹੜੀ ਐਕਟੀਵਿਟੀ ਦੇ ਵਿੱਚ ਉਹ ਫਰਕ ਦੇ ਸਿਆ ਜਿਨ੍ਹਾਂ ਨੂੰ ਰੈਗੂਲਰ 6 ਮਹੀਨੇ ਦੋ ਵਾਰ 250 ਗ੍ਰਾਮ ਦਹੀਂ ਖਾਣ ਨੂੰ ਰੈਗੂਲਰ ਦਿੱਤਾ ਗਿਆ ਬਸ਼ਰਤੇ ਨਾਲ ਸ਼ਰਾਬ ਬੰਦ ਕੀਤੀ ਗਈ ਸੀ ਸਿਗਰਟ ਬੰਦ ਕੀਤੀ ਗਈ ਸੀ ਤਲੀਆਂ ਚੀਜ਼ਾਂ ਬੰਦ ਸੀ ਯਾਨੀ ਉਹਨਾਂ ਨੂੰ ਸਿਹਤਮੰਦ ਖੁਰਾਕ ਸੰਤੁਲਿਤ ਖੁਰਾਕ ਦੇ ਨਾਲ ਰੈਗੂਲਰ ਇੱਕ ਘੰਟਾ ਕਸਰਤ ਸੀ ਤੇ ਨਾਲ ਇਹੀ ਚੀਜ਼ ਰੱਖੀ ਗਈ ਹੁਣ ਆਮ ਸਵਾਲ ਪੁੱਛ ਸਕਦੇ ਨੇ ਕਿਵੇਂ ਪਤਾ ਲੱਗਿਆ ਜੀ ਇਹਦੇ ਕਰਕੇ ਫਰਕ ਪਿਆ ਕਿ ਕਸਰਤ ਕਰਕੇ ਹੋ ਗਿਆ ਜੀ ਸੋ ਗਰੁੱਪ ਹਮੇਸ਼ਾ ਦੋ ਬਣਾਏ ਜਾਂਦੇ ਨੇ ਇੱਕ ਨੂੰ ਪਿਆਈ ਜਾਂਦੀ ਹੈ ਇੱਕ ਨੂੰ ਨਹੀਂ ਸੋ ਜਿਨ੍ਹਾਂ ਨੇ ਕਹਿੰਦੇ ਕਿ ਜਿਹੜਾ ਪਿਆਈ ਜਾਂਦੀ ਹੈ ਉੱਥੇ ਸਾਨੂੰ ਭੇਜੋ ਸੋ ਜਿਨ੍ਹਾਂ ਨੇ ਦਹੀਂ ਖਾਈ ਪਰ ਸਿਰਫ ਇੱਕੋ ਸ਼ਰਤ ਤਾਜ਼ੀ ਜੰਮੀ ਜੀ ਬਿਲਕੁਲ ਵਿੱਚ ਮਿੱਠਾ ਜਾਂ ਨਮਕ ਨਹੀਂ ਪਾਣਾ ਫ੍ਰਿਜ 'ਚ ਜਾਣਾ ਨਹੀਂ ਤਿੰਨ ਦਿਨ ਤੋਂ ਬਾਅਦ ਦੀ ਪੁਰਾਣੀ ਖਾਣੀ ਨਹੀਂ ਸੋ ਤੁਸੀਂ ਸਮਝ ਲਓ ਜੇ ਅਸਰ ਹੋਣਾ ਜੇ ਤਾਂ ਤਾਜ਼ੀ ਦਹੀਂ ਦਾ ਤੇ ਜੇ ਸਤ ਮਾਏ ਬੱਚੇ ਨੂੰ ਬਚਾਇਆ ਜਾ ਸਕਦਾ ਮਾਂ ਦੇ ਟਿੱਡੰਦਰਲੇ ਨੂੰ ਬਚਾਇਆ ਜਾ ਸਕਦਾ ਤੇ ਬਾਹਰ ਇੰਨਾ ਕਮਾਲ ਕਰ ਸਕਦਾ ਜਿਸ ਚ ਅਲਰਜੀਆਂ ਸਾਰੀਆਂ ਠੀਕ ਹੋ ਸਕਦੀਆਂ ਨੇ ਟਿੱਡ ਦੇ ਸਾਰੇ ਰੋਗ ਠੀਕ ਹੋ ਸਕਦੇ ਨੇ ਤਾਂ ਤੁਸੀਂ ਸਮਝ ਹੀ ਲਓ ਕਿ ਕਿੰਨੀ ਕਮਾਲ ਕਰ ਸਕਦੀ ਇਹਦੇ ਵਿੱਚ ਜਿਹੜੀਆਂ ਡੋਜ਼ੇਸ ਸਾਰੀਆਂ ਬਿਮਾਰੀਆਂ ਦੀ ਲੱਗ ਨੇ ਸੋ ਉਹ ਜ਼ਰੂਰ ਆਪਾਂ ਦੱਸ ਦਿੰਨੇ ਆ ਕਿ ਜੇ ਤਾਂ ਗਰਭਵਤੀ ਔਰਤ ਹੈ ਜੀ ਤਾਂ ਤਿੰਨ ਵੇਲੇ ਤੁਸੀਂ 250 ਗ੍ਰਾਮ ਕੌਲੀ ਉਹਨੂੰ ਜਿਹੜੀ ਬਣਦੀ ਜੇ ਤਿੰਨ ਵੇਲੇ ਜ਼ਰੂਰ ਤਾਜ਼ਾ ਉਹਨੂੰ ਦੇਣਾ ਚਾਹੀਦਾ ਜਿਗਰ ਦੇ ਰੋਗੀਆਂ ਲਈ ਜਿਹੜਾ ਇੱਥੇ ਜ਼ਿਕਰ ਕੀਤਾ ਸੀ ਉਹਨਾਂ ਨੇ ਦੋ ਸਮੇਂ ਦਿੱਤਾ ਗਿਆ ਸੀ ਉਹਨੂੰ 250 250 ਗ੍ਰਾਮ ਦਾ ਦੋ ਵੇਲੇ ਦਿੱਤਾ ਸੀ ਅ ਇਸੇ ਤਰ੍ਹਾਂ ਜਿਨ੍ਹਾਂ ਨੂੰ ਟੱਟੀਆਂ ਵਾਰ-ਵਾਰ ਲੱਗਦੀਆਂ ਸੀ ਜਾਂ ਕਬਜ਼ ਹੁੰਦੀ ਰਹਿੰਦੀ ਸੀ ਆਲਟਰਨੇਟਿੰਗ ਉਹਨਾਂ ਨੂੰ ਵੀ ਦੋ ਵਾਰ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਅ ਕਾफी ਵਾਰ-ਵਾਰ ਦਮਾ ਜਾਂ ਚਮੜੀ ਦੀ ਅਲਰਜੀ ਹੁੰਦੀ ਰਹਿੰਦੀ ਸੀ ਉਹਨਾਂ ਨੂੰ ਵੀ ਦੋ ਵਾਰ ਖਵਾਇਆ ਗਿਆ ਪਰ ਇਹ ਸਾਰਿਆਂ ਦੀ ਡੋਸੇ 6 ਮਹੀਨੇ ਲਗਾਤਾਰ ਕੀਤੀ ਗਈ ਸੀ ਸੋ ਇਹ ਸਮਾਂ ਜ਼ਰੂਰ ਹੈ ਕਿ ਇੱਕ ਦਿਨ ਵਿੱਚ ਫਰਕ ਨਹੀਂ ਪੈਂਦਾ ਲੰਬੇ ਸਮੇਂ ਲੈਣਾ ਪੈਂਦਾ ਹੁਣ ਕੁਝ ਇਹੋ ਜੀ ਵਾਰਨਿੰਗ ਵੀ ਕਿ ਜਿਨ੍ਹਾਂ ਨੇ ਨਹੀਂ ਲੈਣੀ ਜੀ ਨਹੀਂ ਉਸ ਤੋਂ ਪਹਿਲਾਂ ਮੈਂ ਇਹ ਕਲੀਅਰ ਕਰ ਦਈਏ ਕਿਉਂਕਿ ਕਈ ਵਾਰੀ ਕਿਸੇ ਵਿਅਕਤੀ ਨੂੰ ਕੋਈ ਹੋਰ ਬਿਮਾਰੀ ਹੁੰਦੀ ਹੈ ਉਹਨੂੰ ਸੂਟ ਨਹੀਂ ਕਰਦੇ ਤੁਸੀਂ ਤਾਂ ਉਹਦੇ ਲਈ ਕਿ ਉਹਨੂੰ ਖਾਣੇ ਚਾਹੀਦੀ ਹੈ ਜਾਂ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਇਹਦੇ ਬਾਰੇ ਥੋੜਾ ਕਲੀਅਰ ਕਰਦੇ ਇੱਥੇ ਦੇਖੋ ਆਮ ਤੌਰ ਤੇ ਜਿਨ੍ਹਾਂ ਨੂੰ ਮਿਲਕ ਅਲਰਜੀ ਹੋਵੇ ਉਹਨਾਂ ਨੂੰ ਬੜੇ ਧਿਆਨ ਨਾਲ ਇਹ ਖਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਵਿੱਚ ਗੜਬੜ ਕਰ ਸਕਦੀ ਹੈ ਵਰਨਾ ਆਮ ਤੌਰ ਤੇ ਦਹੀਂ ਤੋਂ ਅਲਰਜੀ ਨਹੀਂ ਹੁੰਦੀ ਜਦ ਤੱਕ ਜੇ ਤੁਸੀਂ ਆਲਰੇਡੀ ਕਿਉਂਕਿ ਲੈਕਟੋਜ਼ ਜਿਹੜਾ ਵਿੱਚ ਹੈ ਐਨਜ਼ਾਈਮ ਜਿਹਦੇ ਕਰਕੇ ਅਲਰਜੀ ਹੁੰਦੀ ਹੈ ਉਹ ਦਹੀਂ ਦੇ ਵਿੱਚ ਸਗੋਂ ਖਤਮ ਹੋ ਜਾਂਦਾ ਸੋ ਜਿਨ੍ਹਾਂ ਨੂੰ ਦੁੱਧ ਤੋਂ ਵੀ ਅਲਰਜੀ ਹੋਵੇ ਵੀ ਦਹੀਂ ਨਾਲ ਠੀਕ ਸਗੋਂ ਹੋ ਜਾਂਦੇ ਨੇ ਜਿਹੜੀ ਸ਼ੁਰੂ ਕਿਉਂ ਕੀਤੀ ਗਈ ਸੀ ਖੋਜ ਉਸ ਕਰਕੇ ਕਿ ਜਿਨ੍ਹਾਂ ਦੇ ਮਸੂੜੇ ਸੁੱਜੇ ਸੀ ਜਾਂ ਮੂੰਹ ਚੋਂ ਬਦਬੂ ਆ ਰਹੀ ਸੀ ਉਹਨਾਂ ਨੂੰ ਕਾਫੀ ਵਾਰ-ਵਾਰ ਦਵਾਈਆਂ ਦਿੰਦੇ ਸੀ ਮੂੰਹ ਚ ਛਾਲੇ ਪੈ ਜਾਣੇ ਲਗਾਤਾਰ ਉਹਨਾਂ 'ਚ ਦੇਖਿਆ ਵੀ ਇੱਕ ਔਰਤ ਬੜੀ ਛੇਤੀ ਠੀਕ ਹੋਈ ਤੇ ਉਹਨੂੰ ਦੁਬਾਰਾ ਲੋਡ ਨਹੀਂ ਪਈ। ਜਦੋਂ ਪੁੱਛਿਆ ਗਿਆ ਵੀ ਇਹਨੇ ਕੀ ਕੀਤਾ? ਉਹਨੇ ਦੇਖਿਆ ਸਾਰੀ ਡਾਈਟ ਪਾਕੀ ਸੇਮ ਸੀ ਇਸ ਔਰਤ ਨੇ ਇੱਕੋ ਹੀ ਵੱਖਰੀ ਚੀਜ਼ ਕੀਤੀ ਸੀ ਕਿ ਦਹੀਂ ਦੋ ਵੇਲੇ ਖਾ ਰਹੀ ਸੀ। ਸੋ ਉੱਥੋਂ ਫਿਰ ਇਹ ਦਹੀਂ ਦਾ ਟੈਸਟ ਸ਼ੁਰੂ ਕੀਤਾ ਗਿਆ ਕਿ ਇਹਦੇ 'ਚ ਕੀ ਜੈ? ਯਾਨੀ ਮੂੰਹ ਦੇ ਛਾਲੇ ਜੇ ਬਿਨਾਂ ਦਵਾਈ ਦੇ ਦਹੀਂ ਖਾਣ ਨਾਲ ਠੀਕ ਹੋ ਰਹੇ ਹੁਣ ਤੇ ਫਿਰ ਡਾਕਟਰਾਂ ਤੇ ਦੇਖੋ ਤੁਸੀਂ ਉਹਨਾਂ ਦੇ ਨਾ ਕਮਾਈ ਦੇ ਰੋਕ ਲਾ ਰਹੇ ਹੋ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਵਾਕਈ ਇੱਕ ਅਹਿਮ ਚੀਜ਼ ਜ਼ਰੂਰ ਦੇਖੋ ਜੇ ਤੁਹਾਨੂੰ ਇਹ ਬਿਮਾਰੀਆਂ ਹੋ ਰਹੀਆਂ ਨੇ ਦਾ ਮਤਲਬ ਹੈ ਕਿ ਕੋਈ ਅੰਦਰ ਕਮੀ ਹੈ ਜਾਂ ਤੁਹਾਡੇ ਅੰਦਰ ਕੋਈ ਬਿਮਾਰੀ ਐਸੀ ਘਰ ਕਰ ਗਈ ਹੈ ਜਿਸ ਕਾਰਨ ਇਹ ਚੀਜ਼ਾਂ ਹੋ ਰਹੀਆਂ ਨੇ ਹੁਣ ਵਾਲ ਝੜ ਰਹੇ ਨੇ ਤਾਂ ਹੋ ਸਕਦਾ ਤੁਹਾਡੇ ਥਾਇਰੋਇਡ ਦੀ ਬਿਮਾਰੀ ਹੋਏ ਹੋ ਸਕਦਾ ਕੋਈ ਹੋਰ ਹਾਰਮੋਨਲ ਇੰਬੈਲੈਂਸ ਹੋਣ ਯਾਨੀ ਕੋਈ ਅਨੇਕ ਚੀਜ਼ਾਂ ਨੇ ਤੁਸੀਂ ਪਹਿਲਾਂ ਉਹਦੇ ਟੈਸਟ ਜ਼ਰੂਰ ਕਰਵਾਓ ਨਹੀਂ ਕਿ ਤੁਸੀਂ ਦਹੀਂ ਦੀ ਕੋਲੀ ਖਾ ਲੈਣੀ ਹੈ ਤੇ ਠੀਕ ਹੋ ਜਾਣਾ ਪਹਿਲਾਂ ਉਹ ਬਿਮਾਰੀ ਲੱਭੋ ਉਸ ਚੀਜ਼ ਦਾ ਇਲਾਜ ਸ਼ੁਰੂ ਕਰੋ ਇਹ ਇੱਕ ਨਾਲੋਂ ਨਾਲ ਤੁਹਾਨੂੰ ਸਿਹਤਮੰਦ ਰੱਖਣ ਦਾ ਢੰਗ ਜੇ ਕਿ ਇਹਦੇ ਵਿੱਚ ਤੁਸੀਂ ਜੇ ਪ੍ਰੋਪਰ ਡੋਸ ਕਿਉਂਕਿ ਆਪਾਂ ਆਮ ਹੀ ਕਹਿੰਨੇ ਆਂ ਜੀ ਕਿ ਅਸੀਂ ਜਿੱਥੇ ਗਏ ਤਾਂ ਵਿੱਚ ਖੰਡ ਪਾ ਦਿਓ ਜਾਂ ਵਿੱਚ ਨਮਕ ਪਾ ਦਿਓ ਜਾਂ ਅਸੀਂ ਵਿੱਚ ਤੁਸੀਂ ਜੋ ਵੀ ਮਰਜ਼ੀ ਪਾ ਕੇ ਆਪਾਂ ਦਹੀਂ ਦਾ ਬਹੁਤ ਕੁਝ ਬਣਾ ਲੈਨੇ ਆ ਪਰ ਉਸ ਤਰ੍ਹਾਂ ਉਹਦੇ ਜਿਹੜੇ ਅਸਲ ਅਸਰ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਜੀ ਮੈਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਵਾਰਨਿੰਗ ਯਾਨੀ ਕਿ ਸਾਵਧਾਨੀਆਂ ਜਿਨ੍ਹਾਂ ਨੂੰ ਦਹੀਂ ਨਹੀਂ ਖਾਣੇ ਚਾਹੀਦੀ ਆ ਕਿੰਨਾ ਹਾਲਾਤਾਂ ਦੇ ਵਿੱਚ ਉਹ ਨਹੀਂ ਖਾਣੇ ਚਾਹੀਦੀ ਆ ਗਰਮੀ ਸਰਦੀ ਇਹਨਾਂ ਰੁੱਤਾਂ ਦੇ ਮੁਤਾਬਕ ਵੀ ਥੋੜਾ ਦੱਸ ਦਿਓ ਦੇਖੋ ਜੇ ਤੁਹਾਡਾ ਇਮਿਊਨ ਸਿਸਟਮ ਆਲਮੋਸਟ ਠੱਪ ਹੋਇਆ ਪਿਆ ਬਹੁਤ ਸੀਰੀਅਸ ਲਾਸਟ ਸਟੇਜ ਤੇ ਆਏ ਹੋ요 ਤਾਂ ਦਹੀਂ ਵਿਚਲੇ ਕਿਉਂਕਿ ਕਿਟਾਣੂ ਹੀ ਨੇ ਉਦੋਂ ਇਹ ਨਹੀਂ ਖਾਣੇ ਚਾਹੀਦੇ ਬਿਲਕੁਲ ਇਸੇ ਤਰ੍ਹਾਂ ਜੇ ਪੈਨਕ੍ਰੀਆਜ਼ ਦਾ ਕੋਈ ਤੁਹਾਨੂੰ ਰੋਗ ਹੋਇਆ ਹੋਇਆ ਤਾਂ ਫਿਰ ਇਹ ਨਹੀਂ ਖਾਣੇ ਚਾਹੀਦੇ ਜੇ ਤਾਜ਼ਾ ਲਹੂ ਵਗ ਰਿਹਾ ਤੁਹਾਡੇ ਅੰਤੜੀਆਂ ਚੋਂ ਕਿਸੇ ਤਰੀਕੇ ਕੋਈ ਕਾਰਨ ਤੇ ਫਿਰ ਵੀ ਨਹੀਂ ਖਾਣੇ ਚਾਹੀਦੇ ਪਰ ਜੇ ਤੁਹਾਨੂੰ ਸਵੀਅਰ ਅਲਰਜੀ ਜੇ ਇਹਨਾਂ ਤੋਂ ਜੇ ਦੁੱਧ ਤੇ ਕਿਸੇ ਹੀ ਚੀਜ਼ ਤੋਂ ਸਵੀਅਰ ਅਲਰਜੀ ਜੇ ਤੇ ਜੇ ਤੁਹਾਨੂੰ ਦਹੀਂ ਤੋਂ ਵੀ ਟੈਸਟ ਹੋ ਚੁੱਕੀ ਜੇ ਕਿਸੇ ਵੀ ਹਾਲ ਵਿੱਚ ਨਾ ਖਾਓ ਤਾਜ਼ਾ ਤਾਜ਼ਾ ਆਪਰੇਸ਼ਨ ਹੋਇਆ ਹੋਵੇ ਫਿਰ ਵੀ ਨਹੀਂ ਖਾਣੀ ਪਰ ਬਿਲਕੁਲ ਇਹ ਨਾ ਗਲਤੀ ਕਰਿਓ ਕਿ ਸਤਮਾਏ ਬੱਚੇ ਜੰਮੇ ਦੇ ਮੂੰਹ ਵਿੱਚ ਕਿਤੇ ਦਹੀਂ ਪਾ ਦਿਓ ਰੱਬ ਦਾ ਵਾਸਤਾ ਮੈਂ ਬਿਲਕੁਲ ਨਹੀਂ ਕਿਹਾ ਮੈਂ ਸਿਰਫ ਕਿਹਾ ਕਿ ਟਾਣੂ ਜਿਹੜੇ ਦਹੀਂ ਤੋਂ ਜਿਹੜੇ ਬਣਾ ਰਹੇ ਨੇ ਉਹ ਕਿਟਾਣੂਆਂ ਨੂੰ ਅਸੀਂ ਲਿਕਵਿਡ ਫਾਰਮ ਵਿੱਚ ਤਿਆਰ ਕਰਕੇ ਬੱਚੇ ਦੀ ਅੰਤੜੀ ਵਿੱਚ ਪਾਣੇ ਆ ਸੋ ਉਸ ਨੂੰ ਦਹੀਂ ਨਾ ਖੋ ਆ ਦਿਓ ਨਾ ਨਵ ਜੰਮੇ ਬੱਚੇ ਨੂੰ ਪਰ ਤੁਸੀਂ ਆਪ ਖਾਓ ਤੇ ਫਿਰ ਬੱਚੇ ਨੂੰ ਜਦੋਂ ਇੱਕ ਵਾਰ 6 ਮਹੀਨੇ ਦੀ ਉਮਰ ਪੂਰੀ ਹੋ ਜਾਏ ਦਹੀਂ ਤੱਕ ਜ਼ਿੰਦਾ ਦਹੀਂ ਜ਼ਰੂਰ ਖਵਾਇਓ ਬਿਲਕੁਲ ਠੀਕ ਹੈ ਮੈਮ ਇੱਕ ਗੱਲ ਹੋਰ ਇਹਦੇ ਵੀ ਤੁਸੀਂ ਕਲੀਅਰ ਕਰਦੇ ਹੋ ਤੁਸੀਂ ਸ਼ੁਰੂਆਤੀ ਇਸ ਪ੍ਰੋਗਰਾਮ ਦੇ ਵੀ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਪ੍ਰੀ ਬਾਇਓਟਿਕ ਤੇ ਪ੍ਰੋ ਬਾਇਓਟਿਕ ਇਹਦੇ ਵਿੱਚ ਫਰਕ ਕੀ ਹੈ ਥੋੜਾ ਜਿਹਾ ਉਹਦੇ ਵਿੱਚ ਕਲੀਅਰ ਕਰਦੇ ਹੋ ਦਹੀਂ ਦੇ ਵਿੱਚ ਉਹ ਕਿਸ ਤਰੀਕੇ ਨਾਲ ਉਪਯੋਗੀ ਤੇ ਉਹ ਕਿਸ ਤਰੀਕੇ ਨਾਲ ਹੁੰਦਾ ਉਹਦੇ ਬਾਰੇ ਥੋੜਾ ਦੱਸੋ हां बिल्कुल देखो ਤੁਸੀਂ ਜੇ ਬਾਜ਼ਾਰ ਵਿੱਚ ਵੀ ਜਾਓਗੇ ਨਾ ਤੁਹਾਨੂੰ ਇਹ ਕਿਉਂਕਿ ਹੁਣ ਇੰਨੀਆਂ ਖੋਜਾਂ ਹੋ ਗਈਆਂ ਨੇ ਤੇ ਤੁਹਾਨੂੰ ਪ੍ਰੋ ਬਾਇਓਟਿਕ ਨਾਮ ਥੱਲੇ ਕੈਪਸੂਲਸ ਬਿਆੰਤ ਮਿਲਣਗੇ ਬਹੁਤ ਮਹਿੰਗੇ ਮਿਲਣਗੇ ਖਾਸ ਧਿਆਨ ਰੱਖਿਓ ਉਹਨਾਂ ਦੇ ਬਾਹਰ ਇੱਕ ਨੋਟਿੰਗ ਪਈ ਹੁੰਦੀ ਹੈ ਇਹਦੇ ਵਿੱਚ 1 ਲੱਖ ਨੇ ਇਹਦੇ ਵਿੱਚ 2 ਲੱਖ ਨੇ ਇਹਦੇ ਵਿੱਚ 3 ਲੱਖ ਨੇ ਇਹਦੇ ਵਿੱਚ 4 ਲੱਖ ਨੇ ਸਿਰਫ ਤੇ ਸਿਰਫ 5 ਬਿਲੀਅਨ ਜਦ ਤੱਕ ਨਾ ਹੋਣ ਬੇਅਸਰ ਨੇ ਕੈਪਸੂਲ ਪਰੇ ਪਰੇ ਹੋਣਗੇ ਪ੍ਰੀਬਾਇਓਟਿਕਸ ਦੇ ਨਾਮ ਨਾਲ ਦੇਖਿਓ ਅਲੱਗ-ਅਲੱਗ ਕੰਪਨੀਆਂ ਵੱਲੋਂ ਤੇ ਪਰ ਉਹਨਾਂ ਹੁਣ ਦਹੀਂ ਇੱਕ ਕੋਲੀ ਜਿੰਨਾ ਇੱਕ ਕੈਪਸੂਲਸ ਤੇ ਨਹੀਂ ਵੜਿਆ ਆ ਸਕਦਾ ਸੋ ਖਿਆਲ ਕਰਿਓ ਜੇ ਲੈਣੇ ਵੀ ਪੈਣ 5 ਬਿਲੀਅਨ ਵਾਲੇ ਲੈਣੇ ਨੇ ਤੇ ਕਿਸੇ ਵੀ ਹਾਲ ਵਿੱਚ ਬਿਨਾਂ ਡਾਕਟਰੀ ਸਲਾਹ ਦੇ ਨਹੀਂ ਲੈਣੇ ਉਸ ਤੋਂ ਘੱਟ ਦੇ ਬੇਅਸਰ ਨੇ ਮੈਂ ਫਿਰ ਕਹਾਂਗੀ ਕਿ ਬਿਮਾਰੀ ਪਹਿਲਾਂ ਲਭਾ ਲਓ ਡਾਕਟਰ ਤੋਂ ਉਹਦਾ ਇਲਾਜ ਕਰ ਲਓ ਤੇ ਨਾਲ ਦੋ ਵੇਲੇ ਕੌਲੀ ਭਰ ਕੇ ਦਹੀਂ ਖਾ ਲਓ ਬਿਨਾ ਮਿੱਠੇ ਤੇ ਬਿਨਾ ਨਮਕ ਦੇ ਫਿਰ ਕਮਾਲ ਵਾਪਰੇਗਾ ਫੋਨ ਤੇ ਤਾਂ ਬਿਲਕੁਲ ਨਹੀਂ ਵਾਪਰਨਾ ਪਰ ਇੱਕ ਅਹਿਮ ਗੱਲ ਨੰਦਪ੍ਰੀਤ ਜੀ ਮੈਂ ਸਾਰੇ ਸਰੋਤਿਆਂ ਨੂੰ ਵੀ ਕਹਿਣਾ ਚਾਹਾਂਗੀ ਕਦੇ ਪਰਫਿਊਮ ਛਿੜਕੋ ਨਾ ਤੁਹਾਡੇ ਹੱਥ ਤੇ ਜ਼ਰੂਰ ਪੈਂਦੀ ਜੇ ਆਂਦੀ ਜੇ ਨਾ ਖੁਸ਼ਬੂ ਸੋ ਅਸੀਂ ਕਦੇ ਵੀ ਕੋਈ ਪ੍ਰੋਗਰਾਮ ਜਦੋਂ ਦੇਖਦੇ ਆ ਜਿਸ ਚ ਲੱਗਦਾ ਕਿ ਮਨੁੱਖਤਾ ਦੇ ਭਲੇ ਲਈ ਆ ਜੇ ਆਪਾਂ ਸੀਮਤ ਕਰ ਲਈਏ ਨਹੀਂ ਸਿਰਫ ਮੈਂ ਠੀਕ ਹੋਣਾ ਉਹਦਾ ਅਸਰ ਨਹੀਂ ਜਾਂਦਾ ਅਸੀਂ ਅਜ਼ਮਾਇਆ ਹੋਇਆ ਸੋ ਜਦ ਤੱਕ ਤੁਸੀਂ ਇਹ ਗੱਲਾਂ ਸ਼ੇਅਰ ਆਪਣੇਆਂ ਨਾਲ ਨਹੀਂ ਕਰਦੇ ਆਪਣੀਆਂ ਸਹੇਲੀਆਂ ਦੋਸਤਾਂ ਮਿੱਤਰਾਂ ਨਾਲ ਉਦੋਂ ਤੱਕ ਸੱਚ ਜਾਣਿਓ ਦਹੀਂ ਦੀ ਕੋਲੀ ਨੇ ਵੀ ਅਸਰ ਨਹੀਂ ਜੇ ਕਰਨਾ ਅੱਛਾ ਇੱਕ ਦਹੀਂ ਦੀ ਕੋਲੀ ਦਾ ਤੁਸੀਂ ਜ਼ਿਕਰ ਕੀਤਾ ਤੁਸੀਂ ਕਹ ਰਹੇ ਇਹਦੇ ਵਿੱਚ ਨਾ ਤਾਂ ਤੁਸੀਂ ਨਮਕ ਪਾਉਣਾ ਨਾ ਤੁਸੀਂ ਮਿੱਠਾ ਪਾਉਣਾ ਹੁਣ ਜਿਹੜੇ ਮਿੱਠਾ ਪਾ ਕੇ ਸ਼ੱਕਰ ਪਾ ਕੇ ਮਾਵਾਂ ਦਿੰਦੀਆਂ ਨੇ ਆਪਣੇ ਪੁੱਤ ਜੱਤੀਆਂ ਨੂੰ ਵੀ ਉਹ ਹੁਣ ਪੜ੍ਹਾਈ ਲਈ ਚੱਲੇ ਆਇਆ ਦਾ ਪੇਪਰ ਹੈ ਉਹਨਾਂ ਲਈ ਤਾਂ ਥੋੜੀ ਜੀ ਛੂਟ ਹੋਣੀ ਚਾਹੀਦੀ ਹੈ ਜੀ ਬਿਲਕੁਲ ਦੇਖੋ ਜੀ ਪਿਆਰ ਦਾ ਕੋਈ ਮੁੱਲ ਨਹੀਂ ਹੁੰਦਾ ਸੋ ਉਹ ਜਿਹੜਾ ਇੱਕ ਚਮਚ ਜੇ ਉਹ ਖਾਦਾ ਪਤਾ ਨਹੀਂ ਕਿੰਨੀ ਅੱਗੇ ਜ਼ਿੰਦਗੀ ਭਰ ਤੁਸੀਂ ਸ਼ਾਇਦ ਆਖਰੀ ਸਮੇਂ ਤੱਕ ਵੀ ਯਾਦ ਰੱਖਣਾ ਜੇ ਜ਼ਰੂਰ ਖਾ ਲਿਓ ਉਹੀ ਜੇ ਜਿਸ ਵਿੱਚ ਮਾਂ ਦੀ ਬਰਕਤ ਹੈ ਓਨੀ ਗ੍ਰਾਹੀ ਨਾਲ ਕੁਝ ਨਹੀਂ ਹੁੰਦਾ ਮੈਂ ਰੂਟੀਨ ਬਾਰੇ ਗੱਲ ਕੀਤੀ ਪਰ ਇਹੋ ਜੀ ਅਸੀਸ ਕਿਸਮਤਾਂ ਵਾਲਿਆਂ ਨੂੰ ਮਿਲਦੀ ਹੈ ਮਾਂ ਜਾਂ ਪਿਓ ਕੋਲ ਇਮਤਿਹਾਨ ਦੇਣ ਲੱਗਿਆਂ ਜ਼ਰੂਰ ਮੂਝ ਪੈਕੇਜ ਆਇਓ ਯਾਦ ਹੀ ਕਮਾਲ ਦੀ ਜੇ ਅਸੀਸ ਬਹੁਤ ਕੁਛ ਕਰ ਜਾਂਦੀ ਹੈ ਜੀ ਬਹੁਤ ਸ਼ੁਕਰੀਆ ਹੁਣ ਅਸੀਂ ਤੁਹਾਡੇ ਤੋਂ ਵੀ ਦਹੀਂ ਦਾ ਇੱਕ ਕੋਲਾ ਮੰਗਾ ਕੇ ਉਹ ਖਾ ਕੇ ਜਾਣਾ ਬਹੁਤ ਸ਼ੁਕਰੀਆ ਜ਼ਰੂਰ ਜ਼ਰੂਰ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਹੀਂ ਦੇ ਉੱਤੇ ਜਿਹੜਾ ਉਹ ਚਰਚਾ ਕੀਤੀ ਹੈ ਡਾਕਟਰ ਸਾਹਿਬ ਨੇ ਜਿਸ ਤਰੀਕੇ ਨਾਲ ਦੱਸਿਆ ਕਿ ਦਹੀਂ ਦੇ ਕੀ ਕੀ ਫਾਇਦੇ ਨੇ ਕਿੰਨਾ ਹਾਲਾਤਾਂ ਦੇ ਵਿੱਚ ਦਹੀਂ ਨੂੰ ਨਹੀਂ ਖਾਣਾ ਚਾਹੀਦਾ ਤੇ ਸਿਹਤਮੰਦ ਕਿਵੇਂ ਰਹਿਣਾ ਤੇ ਸਿਹਤਮੰਦ ਰਹਿਣ ਦਾ ਰਸਤਾ ਹੀ ਹੈ ਕਿ ਤੁਸੀਂ ਜਿਹੜੇ ਡਾਕਟਰ ਸਾਹਿਬਾਂ ਨੇ ਗੱਲਾਂ ਦਸੀਆਂ ਨੇ ਉਹਨਾਂ ਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਅਪਲਾਈ ਕਰੋ ਉਹਨਾਂ ਨੂੰ ਤੁਸੀਂ ਫੋਲੋ ਕਰੋ ਆਖਰੀ ਨੁਕਤਾ ਬਸ ਜਾਂਦੇ ਜਾਂਦੇ ਜਿਹੜੀਆਂ ਮਾਵਾਂ ਜਾਂ ਪਿਓ ADHD ਜਾਂ ਆਟਿਜ਼ਮ ਦੇ ਬੱਚਿਆਂ ਨਾਲ ਜੂਝ ਰਹੇ ਹੋਣਗੇ ਬਹੁਤ ਸਾਰੇ ਨੇ ਬਹੁਤ ਜ਼ਿਆਦਾ ਉਹਨਾਂ ਲਈ ਜ਼ਰੂਰ ਇੱਕ ਸਲਾਹ ਹੈ ਕਿ ਸਾਰਾ ਕੁਝ ਖਾਣ ਪਰ ਜਿਵੇਂ ਨੂਡਲਸ ਦੇ ਵਿੱਚ ਕੁਝ ਉਹ ਪਾਉਂਦੇ ਨੇ ਜੜੀ ਵੀ ਚੀਜ਼ ਨਾਲ ਮਸਾਲੇ ਉਹਨਾਂ ਕਰਕੇ ਵੀ ਕਿਉਂਕਿ ਇਹ ਲੱਭਿਆ ਜਾ ਸਕਿਆ ਉਹਨੂੰ ਕਾਊਂਟਰ ਕਰਨ ਲਈ ਦਹੀਂ ਦੀ ਲੇਟੈਸਟ ਖੋਜ ਆ ਚੁੱਕੀ ਹੈ ਸੋ ਜੇ ਆਟਿਜ਼ਮ ਦੇ ਮਰੀਜ਼ਾਂ ਵਿੱਚ ਜਿਨ੍ਹਾਂ ਨੂੰ ਲਗਾਤਾਰ ਡੇਢ ਸਾਲ ਨਹੀਂ ਦੋ ਵੇਲੇ ਖਵਾਇਆ ਗਿਆ ਸੀ ਉਹ ਏਡੀਐਚਡੀ ਤੇ ਆਟਿਜ਼ਮ ਦੇ ਮਰੀਜ਼ਾਂ ਵਿੱਚ ਨਾਲ ਬਿਹੇਵੀਅਰਲ ਥੈਰੇਪੀ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਦਹੀਂ ਖਵਾਇਆ ਸੀ ਉਹਨਾਂ ਵਿੱਚ ਕਮਾਲ ਦਾ ਅਸਰ ਵੇਖਿਆ ਗਿਆ ਜੇ ਜ਼ਰੂਰ ਅਜ਼ਮਾਓ ਜੀ ਬਹੁਤ ਸ਼ੁਕਰੀਆ ਮੈਮ ਤਾ ਇਸ ਪ੍ਰੋਗਰਾਮ ਨੂੰ ਤੁਸੀਂ ਅੱਗੇ ਸਾਂਝਾ ਜ਼ਰੂਰ ਕਰਨਾ ਇਹਦਾ ਫਾਇਦਾ ਤਾਹੀਂ ਹੋਣਾ ਤੇ ਤੁਸੀਂ ਇੱਕ ਕੌਲੀ ਭਰ ਕੇ ਖੁਦ ਵੀ ਖਾਣੀ ਹੈ ਤੇ ਨਾਲ ਆਏ ਗਿਆਨ ਨੂੰ ਵੀ ਖਵਾਣੀ ਹੈ ਤੇ ਅੱਜ ਅਸੀਂ ਤਾਂ ਖਾ ਕੇ ਜਾਵਾਂਗੇ ਇੱਥੋਂ ਤੇ ਤੁਸੀਂ ਪ੍ਰੋਗਰਾਮ ਨੂੰ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਪ੍ਰਾਈਮੇਸ਼ੀਆ ਟੀਵੀ ਨੂੰ ਇਸੇ ਤਰੀਕੇ ਨਾਲ ਬਹੁਤ ਮੁਹੱਬਤ ਦੇ ਅੰਦਰ ਹੋ ਹੁਣ ਮੈਨੂੰ ਨਾਨਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡਾ